ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੁਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਦਿਲਗੀਰ ਦਿਲਜ਼ੋਰ ਦਿਲਸ਼ਾਦ ਇਸ ਵਿੱਚ ਦਰਸਾਇਆ ਗਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਹਿਰਦੇ ਵਿੱਚੋਂ ਖਾਲਸੇ ਦੀ ਮੂਰਤ ਸਥਾਪਿਤ ਹੋਈ ਤੇ ਉਸ ਮੂਰਤ ਨੂੰ ਮੂਰਤੀ ਮਾਨ ਕਰਨ ਲਈ ਭਾਵ ਉਸ ਨਮੂਨੇ ਨੂੰ ਸ੍ਰਿਸ਼ਟੀ ਵਿੱਚ ਪ੍ਰਗਟ ਕਰਨ ਲਈ ਆਪ ਜੀ ਆਨੇ ਸਤ ਪਰਤਾਵੇ ਲੈ ਤੇ ਉਹ ਪਰਤਾਵੇ ਕਿਹੜੇ ਸਨ ਤੇ ਕਿਨਾਂ-ਕਿਨਾਂ ਦੇ ਪਰਤਾਵੇ ਲੈ ਇਸ ਲਿਖਤ ਵਿੱਚ ਉਸਦਾ ਵਿਸਥਾਰ ਹੈ ਪਹਿਲੇ ਹਿੱਸੇ ਵਿੱਚ ਚਾਰ ਪਰਤਾਵਿਆਂ ਦਾ ਜ਼ਿਕਰ ਕਰਾਂਗੇ ਫਿਰ ਅੱਗੇ ਹੋਰ ਹਿੱਸੇ ਪੜਨ ਦੀ ਕੋਸ਼ਿਸ਼ ਕਰਾਂਗੇ ਜੀ ਆਓ ਪਿਆਰ ਨਾਲ ਸਰਵਣ ਕਰਿਏ ਜੀ ਪਹਿਲਾ ਹੈ ਦਿਲਗੀਰ ਜਗਤ ਦੁਖੀ ਵੇਖ ਕੇ ਸ਼ਹਾਜ਼ਾਦੇ ਸਿਦਾਰਥ ਨੂੰ ਦਿਲਗੀਰੀ ਆਈ ਰਾਜ ਭਾਗ ਤਿਆ ਕੇ ਫਕੀਰੀ ਲਈ ਤਬ ਕੀਤੇ ਉਮਰਾ ਸ਼ੁਭ ਕਰਨੀ ਦੇ ਉਪਦੇਸ਼ ਵਿੱਚ ਲਗਾਈ ਜਗਤ ਜਲਨ ਦਾ ਵੇਖ ਕੇ ਗੁਰੂ ਨਾਨਕ ਨੂੰ ਦਿਲਗੀਰੀ ਆਈ ਬਾਬਾ ਦੇਖੇ ਧਿਆਨ ਤਰ ਜਲਦੀ ਸਭ ਪ੍ਰਥਵੀ ਦਿਸਾਈ ਜਗਤ ਦਾ ਦੁੱਖ ਜੋ ਭੈੜੀ ਕਰਨੀ ਕਰਕੇ ਸੀ ਜੋ ਸਿਧਾਰਥ ਨੇ ਦੇਖ ਕੇ ਉਦਾਸੀ ਲਈ ਹੁਣ ਉਸ ਦੁੱਖ ਦੇ ਨਾਲ ਧਰਮ ਗਰਦੀ ਤੇ ਰਾਜ ਗਰਦੀ ਦਾ ਹੋਰ ਦੁੱਖ ਵਜ ਗਿਆ ਹੋਇਆ ਸੀ ਪਰ ਜਹ ਧਰਮ ਤੋਂ ਗਿਰ ਚੁੱਕੀ ਸੀ ਵਿਦਿਆਹੀਨ ਸੀ ਸਤਸੰਗ ਕੋ ਸੰਗ ਬਣ ਗਏ ਸਨ ਜ਼ਾਲਮ ਪਠਾਣਾ ਦਾ ਰਾਜ ਸੀ ਤੇ ਜਰਵਾਣੇ ਮੁਗਲ ਪੈਰ ਜਮਾਈ ਦੇ ਫਿਕਰ ਵਿੱਚ ਸਨ ਬਾਬੇ ਹੋਰੀ ਦਿਲਗੀਰੀ ਖਾਦੀ ਤੇ ਪੁੱਤਰ ਇਸਤਰੀ ਪਰਿਵਾਰ ਤਿਆਗ ਚੜਿਆ ਸੋਦਣ ਧਰਤ ਲੁਕਾਈ ਬਾਬੇ ਡਿੱਠੀ ਪ੍ਰithvi ਨਵੇਂ ਖੰਡ ਜਿੱਥੇ ਤੱਕ ਆਈ ਸਾਰੇ ਫਿਰਕੇ ਸ਼ਬਦ ਸ਼ਾਂਤ ਵਰਤਾਈ ਅਰ ਮਾਰ ਗ੍ਰਸਤ ਉਦਾਸ ਦਾ ਟੋਰੇ ਆਹਾ ਅੱਜ ਫੇਰ ਮਹਾ ਜੋਤੀ ਨੂੰ ਜਗਤ ਮਜ਼ਲੂਮ ਤੇ ਦਿਲਗੀਰੀ ਆਈ ਉਸੇ ਗੁਰੂ ਨਾਨਕ ਦੀ ਦਸਵੀਂ ਜੋਤ ਨੇ ਡਿੱਠਾ ਕਿ ਅਗਿਆਨ ਤੇ ਰਾਜ ਕਸ਼ਟੋਂ ਵਦ ਹੁਣ ਪਰਜਾ ਪਰ ਧਰਮ ਦਾ ਤੱਕਾ ਇੱਕ ਹੋਰ ਕਲੇਸ਼ ਵਦ ਕੇ ਪੈ ਰਿਹਾ ਹੈ ਰਾਜਗਰਦੀ ਨਹੀਂ ਪਰ ਰਾਜਵਾਲੋਂ ਤਰੀਕੇ ਵਾਰ ਪਰਜਾ ਪਰ ਜ਼ੋਰ ਤੇ ਜ਼ੋਰ ਨਾਲ ਧਰਮ ਪਰਾਜੇ ਕਰਨ ਦਾ ਤੱਕਾ ਹੋ ਰਿਹਾ ਹੈ ਇਸ ਜੋਤ ਨੇ ਦਿਲਗੀਰੀ ਖਾਦੀ ਕਿ ਪਰਜਾ ਦਾ ਕਲਿਆਣ ਕਿਵੇਂ ਹੋਵੇ ਨਾਲੇ ਤਾਂ ਧਰਮੀ ਰਹਿਣ ਨਾਲੇ ਸੁਤੰਤਰ ਹੋਣ ਕੈਦ ਬੰਦਿਸ਼ ਜ਼ੁਲਮ ਹੀਟ ਨਾ ਹੋਣ ਦਿਲਗੀਰੀ ਖਾਦੀ ਅਜ ਦਸਮੀ ਜੋਤ ਨੇ ਆਨੰਦ ਨਾਲ ਭਰੇ ਆਨੰਦਪੁਰ ਵਿੱਚੋਂ ਕਿੱਲੇ istri ਪੁੱਤਰ ਪਦਾਰਥ ਹੈ ਸਵਰਜ ਸੇਵਕ ਪਿਆਰੇ ਤੇ ਮਿੱਤਰ ਛੱਡ ਕੇ ਬਨ ਵਿੱਚ ਪਹਾੜ ਦੀ ਕੁਖ ਵਿੱਚ ਜਾ ਬੈਠਾ ਬੈਠਾ ਰਿਆ ਦਿਨ ਤੇ ਰਾਤ ਆਥੀ ਘੋੜੇ ਪੀਂਸਾਂ ਵੇਲੇ ਖੜੇ ਹਨ ਮਹਿਲ ਮਾੜੀਆਂ ਕਿਲੇ ਆਪ ਬਿਨਾ ਬੇਰੁਣਕ ਹਨ ਦਰਸ਼ਨ ਪਿਆਸੇ ਆਉਂਦੇ ਤੇ ਮੁੜ ਮੁੜ ਜਾਂਦੇ ਹਨ ਦਿਸਣ ਵਾਲੇ ਜਗਤ ਦਾ ਕੋਈ ਪਦਾਰਥ ਕੋਈ ਹਰਖ ਸੁਖ ਦਾ ਸਮਾਨ ਕੋਈ ਮੋਹ ਪਿਆਰ ਦਾ ਮੁਹਾਰਾ ਖਿੱਚ ਨਹੀਂ ਰਿਹਾ ਸਾਰਾ ਸਾਜ਼-ਬਾਜ਼ ਪਿਆ ਹੈ ਪਰ ਆਪ ਇਕਾਂਤ ਬੈਠੇ ਦਿਨ ਰਾਤ ਇਸ ਦਿਲਗੀਰੀ ਵਿੱਚ ਹਨ ਕਿ ਤਰਾ ਦਾ ਭਾਰ ਕਿਵੇਂ ਹਰਾਂ ਸਾਰੇ ਮੰਡਲ ਵਿੱਚ ਧੁੰਮ ਗਈ ਕਿ ਆਪ ਮਸਤ ਕਮਲੇ ਹੋ ਗਏ ਹਨ ਪਰ ਅਹ ਦਾਨਿਆਂ ਦਾ ਸਿਰਤਾਜ ਜਗਤ ਜਲੰਦੇ ਦੀ ਕਸ਼ਟਣੀ ਹਰਣ ਵਾਲਾ ਦਿਲਗੀਰ ਹੈ અવਤਾਰ ਹੈ ਬ੍ਰਹਮਵੇਤਾ ਹੈ ਉਸਨੂੰ ਦਿਲਗੀਰੀ ਕਾਸਦੀ ਕਾਦੀ ਦਿਲਗੀਰੀ ਜੀਓ ਜੀ ਜਿਹੜਾ ਦਿਲਗੀਰ ਸ੍ਰਿਸ਼ਟੀ ਦੀ ਦਿਲਗੀਰੀ ਦਾ दारू ਟੋਲ ਰਿਹਾ ਹੈ ਉਹ ਦਿਲਗੀਰ ਜਗਤ ਦੇ ਦਿਲਗੀਰ ਧਿਆਨ ਵਿੱਚ ਵਸ ਰਿਹਾ ਹੈ ਇਉਂ ਦਿਲਗੀਰੀ ਹੈ ारवें महीने बैठे बैठे अख लग गई फिर आवाज आई मैं अपना सुतोए निवाजा पंथ परचुर को साजा को साहेंताे तें धर्म चलाए कुबद करन ते लोग हटाए सोचदे हन ठीक ए वर सचखंडों ही तुरन लगे मिलिया सी हुक्म होया सी, पर की करा? पर नवे उपद्रव जबरदस्त हन हे पिता हे प्यारे पिता सहायक होवो जो जगत जलन दे विच ठंडी रोव वगे दिलगीर सतगुरु कलगियां वाले ते होर भारी नींद छाई होर अगम विच गमता आई अंदरली ज्योत जागत है पर शरीर ते संसार वलੋਂ हुन मानों नींद है इस मगनता विच इक गूंज उठी इक तनी होई खालसा ਤ੍ਰੈਵੀਰ ਧੁੰਨੀ ਹੋਈ ਹੁਣ ਇਸ ਧੁੰਨ ਦੇ ਸੂਖਮ ਅਵੈਵ ਇਸ ਦਾ ਨਾਂ ਦਿਸਣ ਵਾਲਾ ਲਹਿਰਾਉ ਕੁਝ ਇਕੱਠਾ ਹੋਣ ਲੱਗ ਪਿਆ ਕੁਝ ਰੂਪ ਬਣਨ ਲੱਗ ਪਿਆ ਕੁਝ ਮੂਰਤ ਬਣੀ ਹਾਂਜੀ ਇੱਕ ਸੱਚਮੁੱਚ ਨਮੂਨਾ ਬਣ ਗਿਆ ਸਾਖਿਆਤ ਰੂਪ ਧਾਰ ਕੇ ਇੱਕ ਸੂਰਤ ਜੀਵ ਦੀ ਜਾਗਦੀ ਖੜੀ ਹੋ ਗਈ ਜਿਸ ਦਾ ਰੂਪ ਵਰਣਨ ਇਹ ਹੈ ਸਬਤ ਸੂਰਤ ਦਸਤਾਰ ਸਿਰਾਂ ਨੂਰੀ ਚਿਹਰਾ ਸੋਹਣੀ ਨਿਹਾਰ ਅੰਗ ਨਕਸ਼ ਇਕੋ ਜੈ ਸ਼ਰੀਰ ਸਡੋਲ ਸਿਰ ਤੇ ਕੇਸ ਤੇ ਤੇਜ ਵਾਲੀ ਦਸਤਾਰ ਮੱਥਾਂ ਲਿਸ਼ਕਦਾ ਨੈਣ ਚਮਕਦੇ ਤੇ ਪਿਆਰ ਭਰੇ ਗੱਲਾਂ ਸਿਉ ਵਰਗੀਆਂ ਸ਼ੋਖ ਪਰ ਮਿਠਾਸ ਵਾਲੀਆਂ ਬੁਲ ਸੁਹੇ ਪਰ ਉਨਾਬਾਂ ਵਰਗੇ ਸ਼ਰੀਂਦਾਰ ਪਿਆਰੀ ਪਿਆਰੀ ਦਾੜੀ ਛਾਤੀ ਚੋੜੀ ਤੇ ਤਕੜੀ ਡੋਲੇ ਪਰਵੇਂ ਤੇ ਜ਼ੋਰਦਾਰ ਬਾਹਾਂ ਲੰਮੀਆਂ ਲੱਕ ਸ਼ੇਰ ਵਾਂਗੂ ਕਸਿਆ ਲਤਾਂ ਭਾਰੇ ਭਾਰ ਦੇ ਸਹਿਣ ਵਾਲੀਆਂ ਤੇ ਫੁਰਤੀ ਭਰੀਆਂ ਦਿਲ ਵਿੱਚ ਬਹਾਦਰੀ ਦੀ ਚਮਕਾਰ ਪਰ ਜ਼ੋਰ ਜ਼ੁਲਮ ਨਹੀਂ ਉਛਾੜਾ ਉਛਾਲਾ ਪਰ ਗੁੱਸਾ ਨਹੀਂ ਜੱਬਰੂ ਪਰ ਨਿਆਂ ਦਾ ਤੱਕੜ ਅਡੋਲ ਪਿਆਰ ਹੈ ਪਰ ਮਨ ਖਚਿਤ ਨਹੀਂ ਉਪਕਾਰ ਹੈ ਪਰ ਉਪਰਾਮਤਾ ਨਾਲ ਹੈ ਗਰਸਤ ਹੈ ਪਰ ਉਦਾਸੀ ਦੀ ਲਹਿਰ ਤਿਆਗ ਹੈ ਪਰ ਹੁਕਮ ਹਾਸਲ ਫਕੀਰੀ ਨਾਲ ਹੈ ਪਰ ਦਿਲਗੀਰੀ ਨਹੀਂ ਤਲਵਾਰ ਹੱਥ ਹੈ ਪਰ ਢਾਲ ਦੀ ਸੂਰਤ ਵਾਲੀ ਕਲਮ ਵੀ ਹੱਥ ਵਿੱਚ ਹੈ ਪਰ ਨਿਆਂ ਤੇ ਰਹਿਮ ਵਾਲੀ ਗਲ ਅੰਗਾ ਤੇ ਕਮਰ ਕੱਸਾ ਹੈ ਤੇੜ ਕਛ ਹੈ ਬਲ ਦੇ ਹੀਰਿਆਂ ਦਾ ਬੋਟਾ ਡੋਲੇ ਬੱਦਾ ਹੈ ਪਰ ਸੀਨੇ ਵਿੱਚ ਨਾਮ ਦਮਕ ਜ਼ੋਰਦਾਰ ਹੈ ਦਿਲ ਵਿੱਚ ਨਕਸ਼ਾ ਕੋਮਲਤਾਈ ਤੇ ਰਸਪਰੀ ਸੁੰਦਰਤਾ ਦਾ ਹੈ ਪਰ ਦਿਮਾਗ ਵਿੱਚ ਨਕਸ਼ਾ ਵਿਵੇਕ ਹੈ ਜ਼ੋਰ ਹੈ ਆਪੇ ਤੇ ਭਰੋਸਾ ਬੇਮੋਤਾਜੀ ਦਾ ਫਿਰਦੌਰਾ ਦੇ ਕਲਮ ਵੀ ਹੱਥ ਵਿੱਚ ਹੈ ਪਰ ਨਿਆਹ ਤੇ ਰਹਿਮ ਵਾਲੀ ਗਲ ਅੰਗਾ ਤੇ ਕਮਰ ਕੱਸਾ ਹੈ ਤੇੜ ਕੱਛਾ ਹੈ ਬਲ ਦੇ ਹੀਰਿਆਂ ਦਾ ਬੋਟਾ ਡੋਲੇ ਬੱਦਾ ਹੈ ਪਰ ਸੀਨੇ ਵਿੱਚ ਨਾਮ ਦਮਕ ਜ਼ੋਰਦਾਰ ਹੈ ਦਿਲ ਵਿੱਚ ਨਕਸ਼ਾ ਕੋਮਲਤਾਈ ਤੇ ਰਸਪਰੀ ਸੁੰਦਰਤਾ ਦਾ ਹੈ ਪਰ ਦਿਮਾਗ ਵਿੱਚ ਨਕਸ਼ਾ ਵਿਵੇਕ ਹੈ ਜ਼ੋਰ ਹੈ ਆਪੇ ਤੇ ਭਰੋਸਾ ਬੇਮੋਤਾਜੀ ਦਾ ਮੱਥੇ ਤੇ ਰੇਖਾਂ ਹਨ ਜਿਨ੍ਹਾਂ ਵਿੱਚ ਅਗੰਮੀ ਅੱਖਰ ਲਿਖੇ ਹਨ ਚੜ੍ਹਦੀਆਂ ਕਲਾ ਦਿਲਗੀਰੀ 11 ਮਹੀਨੇ 11 ਦਿਨ ਦੀ ਦਿਲਗੀਰੀ ਵਿੱਚ ਬੈਠੇ ਮਹਾਮੁਨੀ ਜੀ ਪੁੱਛਦੇ ਹਨ ਤੂੰ ਕੌਣ ਹੈ ਸੂਰਤ ਮਾਨੋ ਬੋਲੀ ਮੈਂ ਖਾਲਸਾ ਹਾਂ ਆਪਨੇ ਗਉ ਨਾਲ ਤੱਕੇ ਕਿਆ ਕਿਥੋਂ ਦਾ ਵਾਸੀ ਹੈ ਕਿਸਨੇ ਤੈਨੂੰ ਜਨਮ ਦਿੱਤਾ ਹੈ ਸੂਰਤ ਬੋਲੀ ਆਪ ਦੇ ਪਵਿੱਤਰ ਹਿਰਦੇ ਤੋਂ ਮੇਰਾ ਜਨਮ ਹੋਇਆ ਹੈ ਵਾਸੀ ਮੈਂ ਆਪ ਦੇ ਹੀ ਅੰਦਰਲੇ ਸ਼ਰਮਖੰਡਾਂ ਦਾ ਹਾਂ ਤਿੱਥੇ ਘੜਤ ਘੜੀਏ ਬਹੁਤ ਅਨੂਪ ਹਾਂ ਸ਼ਰਮਖੰਡ ਮੇਰਾ ਵਤਨ ਹੈ ਦਿਲਗੀਰ ਜੀ ਨੇ ਪੁੱਛਿਆ ਕਿਉਂ ਆਇਆ ਹੈ ਸੂਰਤ ਬੋਲੀ ਮੈਨੂੰ ਆਪ ਆਪਣੇ ਅੰਦਰੋਂ ਬਾਹਰ ਦੇ ਦੇਸ਼ ਵਿੱਚ ਜਨਮ ਬਖਸ਼ ਮੈਂ ਆਦਮੀ ਦੇ ਅੰਦਰ ਵੜ ਜਾਵਾਂ ਇੱਕ ਨਮੂਨੇ ਦਾ ਇੱਕ ਵਨਗੀ ਦਾ ਆਪਣੇ ਵਰਗਾ ਇਨਸਾਨ ਪੈਦਾ ਕਰਾਂ ਦਿਸ ਦੇ ਵਸਦੇ ਜਗਤ ਵਿੱਚ ਖਾਲਸਾ ਪੈਦਾ ਕਰਾਂ ਉਹ ਤਰਾ ਦਾ ਪਾਰ ਹਾਰੇ ਸੂਰਤ 1 ਹੈ ਕਿ ਹੁਣ ਦਿਮਾਗ ਵਿੱਚ ਆ ਬੈਠੀ ਤੂੰ ਨੇ ਕੰਨਾਂ ਦੇ ਪਰਦੇ ਤੇ ਢੇਰਾ ਲਾ ਲਿਆ ਦਿਲਗੀਰੀ ਵਿੱਚ ਬੈਠੇ ਅਚਾਹ ਤੇ ਬੇਲੋੜ ਜੀ ਨੇ ਨੈਣ ਖੋਲੇ ਹਰ ਪੱਤੇ ਅਰਸ਼ਾਖ ਉਤੇ ਉਹ ਖਾਲਸਾ ਖਾਲਸਾ ਹੋ ਰਹੀ ਹੈ ਆਹਾ ਯਾਰਾ ਮਹੀਨੇ ਦੀ ਦਿਲਗੀਰੀ ਨੇ ਇੱਕ ਲਾਲ ਪੈਦਾ ਕੀਤਾ ਹੈ ਹੁਣ ਆਪ ਦਿਲਗੀਰ ਨਹੀਂ ਜਗਤ ਲਈ ਵੀ ਚੜਦੀਆਂ ਕਲਾ ਹਨ ਲੋਕਾਂ ਦੇ ਭਾਣੇ ਕਮਲੇ ਪਰ ਅਕਲਾਂ ਦੇ ਸਰਦਾਰ ਬੰਨਾਂ ਨੂੰ ਵਿਦੈਗੀ ਦੇ ਕੇ ਫਿਰ ਆਨੰਦਪੁਰ ਆ ਗਏ ਦਿਲਜ਼ੋਰ ਉਹ ਜੋ ਦਿਲਗੀਰ ਸਨ ਹੁਣ ਦਿਲਜ਼ੋਰ ਹਨ ਆਪ ਜੀ ਨੇ ਜਦ ਉਸ ਵੇਲੇ ਦੀ ਕਰੜੀ ਮੁਸ਼ਕਲ ਨੂੰ ਹੱਲ ਕਰਨਾ ਵਿਚਾਰਿਆ ਤੇ ਇਲਾਜ ਖਾਲਸਾ ਦਰਸ਼ ਨਿਰਣੇ ਕਰ ਲਿਆ ਸੀ ਤਾਂ ਪਹਿਲਾਂ ਲੋੜ ਸੀ ਕਿ ਕੋਈ ਚੋਣ ਹੋਵੇ ਤਾਂ ਜੋ ਖਰੇ ਖਰੇ ਪਰਖੇ ਹੋਏ ਬੰਦੇ ਲੈ ਕੇ ਕੰਮ ਆਰੰਭ ਕੀਤਾ ਜਾਵੇ ਸੋ ਆਪ ਨੇ ਚੁਣਨ ਦਾ ਤਰੀਕਾ ਧਰਮ ਦੀ ਪਰਖਿਆ ਰੱਖਿਆ ਪਹਿਲਾ ਪ੍ਰਤਾਵਾ ਵੈਸ਼ਨਵ ਬ੍ਰਾਹਮਣਾਂ ਦਾ ਆਚਰਣ ਹੀ ਇਨਸਾਨ ਦਾ ਸਭ ਤੋਂ ਮੁੱਢਲਾ ਗੁਣ ਹੈ। ਕੌਮ ਦੇ ਗਿਰਾਵ ਤੇ ਉਭਰਾਉ ਆਚਰਣ ਦੇ ਸਿਰ ਤੇ ਹੁੰਦੇ ਹਨ। ਆਚਰਣਹੀਨ ਜਿੰਨੇ ਬਲ ਨਾਲ ਕਾਮਯਾਬ ਹੁੰਦੇ ਹਨ ਜੇ ਆਚਰਣ ਵਾਲੇ ਉਤਨਾ ਬਲ ਲਾਉਣ ਤਾਂ ਲਾਭ ਦਾ ਕੋਈ ਅੰਤ ਨਹੀਂ ਰਹਿੰਦਾ। ਆਚਰਣ ਹੀ ਧਰਮ ਦੀ ਨੀ ਹੈ। ਆਚਰਣ ਹੀ ਜਗਤ ਦੀ ਕਾਮਯਾਬੀ ਦੀ ਬੁਨਿਆਦ ਹੈ। ਗੁਰੂ ਜੀ ਆਚਰਣ ਤੇ ਧਰਮ ਸਾਹਸ ਨੂੰ ਇਕੱਠਿਆ ਕਰਨਾ ਚਾਹੁੰਦੇ ਸਨ। ਸੋ ਆਪਨੇ ਪਹਿਲੋਂ ਧਰਮ ਤੇ ਆਚਰਣ ਵਾਲਿਆਂ ਦੀ ਪਰਖਿਆ ਕਰਨੀ ਚਾਹੀ। ਹਿੰਦੁਸਤਾਨ ਵਿੱਚ ਸਦੀਆਂ ਤੋਂ ਬ੍ਰਾਹਮਣ ਉੱਚੇ ਤੇ ਆਦਰਸ਼ਕ ਮੰਨੇ ਗਏ ਸਨ। ਕਦੇ ਸੀ ਸਮਾਂ ਜਦੋਂ ਉਹ ਸਮੇਂ ਅਨਸਾਰ ਆਦਰਸ਼ਕ ਸੰਤ ਅਗਵਾਨੀ ਦੇ ਜੋਗ ਸਨ। ਪਰ ਹੁਣ ਗਿਰਾਵ ਵਰਤ ਰਿਆ ਸੀ ਆਦਰਸ਼ ਤੋਂ। ਸਤਗੁਰੂ ਜੀ ਨੇ ਹੁਣ ਪਹਿਲ ਇਹਨਾਂ ਤੋਂ ਹੀ ਕੀਤੀ। ਸੋ ਆਪਨੇ ਆਗਿਆ ਕੀਤੀ ਕਿ ਇੱਕ ਬ੍ਰह्म ਭੋਜ ਕੀਤਾ ਜਾਵੇ। ਦੋ ਤਰ੍ਹਾਂ ਦਾ ਪਕਵਾਨ ਤਿਆਰ ਹੋਵੇ ਇੱਕ ਮਾਸ ਵਾਲਾ ਦੂਸਰਾ ਖੀਰਖੰਡ ਭਾਜੀਆਂ ਵਾਲਾ ਜੋ ਬ੍ਰਾਹਮਣ ਮਾਸ ਖਾਣ ਵਾਲੀ ਪੰਕਤੀ ਵਿੱਚ ਬੈਠਣ ਉਹਨਾਂ ਨੂੰ ਦਛਣਾ ਅਸ਼ਰਫੀ ਮਿਲੇ ਤੇ ਜੋ ਸਾਗ ਸਬਜ਼ੀ ਦੇ ਪਾਸੇ ਬੈਠਣ ਉਹਨਾਂ ਨੂੰ ਰੁਪਿਆ ਦਛਣਾ ਮਿਲੇ ਜਦੋਂ ਪੰਕਤੀ ਲੱਗੀ ਤਾਂ ਲਗਭਗ ਸਾਰੇ ਬ੍ਰਾਹਮਣ ਮਾਸ ਪੰਕਤੀ ਵਿੱਚ ਜਾ ਬੈਠੇ ਤੇ ਖੀਰਖੰਡ ਸਬਜ਼ੀਆਂ ਵਾਲੇ ਪਾਸੇ ਅਤ ਥੋੜੇ ਬੈਠੇ ਜਦੋਂ ਭੋਜਨ ਹੋ ਚੁੱਕਾ ਤਾਂ ਮਾਸ ਪੰਕਤੀ ਵਾਲਿਆਂ ਨੂੰ ਤਾਂ ਅਸ਼ਰਫੀ ਹੀ ਦਛਣਾ ਮਿਲੀ ਪਰ ਖੀਰਖੰਡ ਵਾਲਿਆਂ ਨੂੰ ਬਚਨ ਕੀਤੇ 1 ਰੁਪਏ ਦੀ ਦਛਣਾ ਤੋਂ ਵੱਧ 5-5 ਅਸ਼ਰਫੀਆਂ ਹੋਰ ਇਨਾਮ ਮਿਲੇ ਇੱਕ ਕੌਤਕ ਦੇਖ ਕੇ ਸਾਰੇ 당 ਰਹਿ ਗਏ ਕੋਈ ਨਾ ਸਮਝਿਆ ਕਿ ਕਾਰਨ ਕੀ ਹੈ ਇਹ ਖਿਆਲ ਆ ਸਕਦਾ ਹੈ ਕਿ ਗੁਰੂ ਜੀ ਨੇ ਇਸ ਵਿੱਚ ਮਾਸ ਖਾਣ ਨਾ ਖਾਣ ਦਾ ਨਿਰਣਾ ਕੀਤਾ ਹੈ ਨਹੀਂ ਸਤਗੁਰੂ ਜੀ ਤਾਂ ਇਹ ਦੇਖਦੇ ਸੀ ਕਿ ਇਹਨਾਂ ਵਿੱਚ ਸਵੈ ਧਰਮ ਵਾਲੇ ਜਾਂ ਅਸੂਲ ਵਾਲੇ ਬੰਦੇ ਕਿੰਨੇ ਕੋ ਹਨ ਬ੍ਰਾਹਮਣ ਆਪਣੇ ਸਵੈ ਧਰਮ ਅਨਸਾਰ ਅਹਿੰਸਾ ਦੇ ਕਾਇਲ ਹਨ ਉਹਨਾਂ ਵਿੱਚ ਮਾਸ ਖਾਣਾ ਵਹਿਤ ਨਹੀਂ ਅਹਿੰਸਾ ਪਰਮੋ ਧਰਮ ਇਸ ਵਰਤਾਵ ਨਾਲ ਸਤਗੁਰੂ ਜੀ ਨੇ ਡਿੱਠਾ ਕਿ ਆਪਣੇ ਮਨੇ ਅਸੂਲ ਤੇ قائم ਇਹਨਾਂ ਵਿੱਚ ਬਹੁਤ ਘੱਟ ਹਨ ਸੋ ਥੋੜਿਆਂ ਪਰ ਧਰਮ ਵਾਲਿਆਂ ਨੂੰ ਸਨਮਾਨ ਨਾਲ ਪਾਸ ਰਖ ਲਿਆ ਤੇ ਦੂਸਰਿਆਂ ਨੂੰ ਜਵਾਬ ਦੇ ਦਿੱਤਾ ਪਰ ਡਿਠਾ ਕਿ ਇਹਨਾਂ ਆਪਣੇ ਅਸੂਲ ਵਾਲੇ ਬ੍ਰਾਹਮਣਾਂ ਵਿੱਚ ਸਾਹਸ ਨਹੀਂ ਹੈ ਦੂਜਾ ਪਰਤਾਵਾ ਸ਼ਕਤੀ ਉਪਾਸ਼ਕਾਂ ਦਾ ਦੂਸਰਾ ਫਿਰਕਾ ਹਿੰਦੂ ਵਰਕਿਆਂ ਦਾ ਉਹ ਬ੍ਰਾਹਮਣ ਹੈ ਸੰ ਜੋ ਦੇਵੀ ਦੇ ਉਪਾਸ਼ਕ ਹਨ ਇਹਨਾਂ ਵਿੱਚ ਦੇਵੀ ਨੂੰ ਭੋਗ ਮਾਸਾਦੀ ਦਾ ਲੱਗਦਾ ਹੈ ਜਿਸ ਨੂੰ ਗੁਰੂ ਜੀ ਦਾ ਦੇਵੀ ਪੂਜਨ ਆਖਦੇ ਹਨ ਜਾਬਦਾ ਹੈ ਕਿ ਉਹ ਦੂਸਰੀ ਪ੍ਰੀਖਿਆ ਸੀ ਸ਼ਾਪਤਕ ਅਸੂਲਾਂ ਵਾਲਿਆਂ ਵੜਕਿਆਂ ਦੀ ਸੋ ਨੈਣਾ ਦੇਵੀ ਦੇ ਟਿੱਲੇ ਤੇ ਮੁਖੀ ਬ੍ਰਾਹਮਣ ਪਹਿਲੋਂ ਤੇ ਮਗਰੋਂ ਸਭ ਤੋਂ ਮੁਖੀ ਹੋਤਾ ਕੇਸ਼ਵਦਾਸ ਆਦੀ ਆਪਣੇ ਦੱਸਿਆ ਦਰਸ਼ ਮੁਝ ਬਣਾ ਰਹੇ ਦੇਵੀ ਦੇ ਪ੍ਰਗਟ ਹੋਣ ਦਾ ਦਾਵਾ ਕੀਤਾ ਪਰ ਉਸ ਯਤਨ ਵਿੱਚ ਅੰਤ ਤੱਕ ਨਾ ਨਿਭੇ ਤੇ ਖਿਸਕ ਆਏ ਇਹ ਖਿਸਕ ਆਉਣਾ ਉਹਨਾਂ ਦਾ ਇਸ ਪ੍ਰੀਖਿਆ ਵਿੱਚ ਕਸੇ ਨਿਕਲਣਾ ਸੀ ਗੁਰੂ ਜੀ ਨੇ ਉਸ ਤੋਂ ਮਗਰੋਂ ਇੱਕ ਜਗ ਕੀਤਾ ਸੀ ਉਸ ਵਿੱਚ ਇਹਨਾਂ ਬ੍ਰਾਹਮਣਾਂ ਨੂੰ ਨਹੀਂ ਬੁਲਾਇਆ ਜਿਸ ਤੋਂ ਥੋ ਪੈਂਦਾ ਹੈ ਕਿ ਇਹ ਵੀ ਕਸੇ ਨਿਕਲੇ ਸਤਗੁਰਾਂ ਨੇ ਪ੍ਰਤੀਤ ਕੀਤੇ ਤਾਂ ਹੀ ਇਹ ਚੇਤੇ ਤੱਕ ਤੋਂ ਵਿਸਰ ਗਏ ਉਸ ਵੇਲੇ ਕੇਸ਼ਵਦਾਸ ਬ੍ਰਾਹਮਣ ਦੇ ਨਾਂ ਸੱਦੇ ਜਾਣ ਕਰਕੇ ਰੋਸ ਕਰਨ ਤੇ ਜੋ ਵਾਕ ਸਤਗੁਰੂ ਜੀ ਦੇ ਉਚਾਰੇ ਸਾਡੇ ਪਾਸ ਹਨ ਉਹ ਦੱਸਦੇ ਹਨ ਕਿ ਪਰਤਾਵੇ ਵਿੱਚ ਇਹ ਕਸੇ ਨਿਕਲੇ ਸਨ ਤੇ ਮਿਸਰ ਜੀ ਅਸੂਲ ਲਈ ਨਹੀਂ ਪਰ ਰੋਜ਼ੀ ਲਈ ਅਡੰਬਰ ਰਚੀ ਬੈਠੇ ਸਨ ਯਥਾ ਖੋਜ ਰੋਜ ਕੇ ਹੇਤ ਲਗਦੀ ਓ ਸਿਮਰਜੂ ਰੋਏ ਪਾਛਾਈ ਦਸੀ ਯਗ ਜੋ ਇਸ ਵੇਲੇ ਕੀਤਾ ਉਸ ਵਿੱਚ ਆਪਣੇ ਸਿੱਖਾਂ ਨੂੰ ਮੁੱਖ ਰੱਖਿਆ ਸੀ ਤੇ ਬਚਨ ਕੀਤਾ ਸੀ ਇਨਹੀ ਕੇ ਕਿਰਪਾ ਕੇ ਸਜੇ ਹਮ ਹੈ ਤੀਜਾ ਪਰਤਾਵਾ ਜੋਗੀਆਂ ਸੰਨਿਆਸੀਆਂ ਦਾ ਇਸ ਤਰ੍ਹਾਂ ਜਾਪਦਾ ਹੈ ਕਿ ਆਪ ਜੀ ਨੇ ਸੰਨਿਆਸੀ ਅਰ ਜੋਗੀਆਂ ਆਦਕ ਦੀ ਪ੍ਰੀਖਿਆ ਕੀਤੀ ਤੇ ਉਹ ਵੀ ਆਪਣੇ ਆਦਰਸ਼ਾਂ ਤੋਂ ਨੀਵੇਂ ਪਾਏ ਹਨ ਕਿਉਂਕਿ ਸਤਗੁਰੂ ਜੀ ਨੇ ਆਪਣੀ ਬਾਣੀ ਵਿੱਚ ਉਹਨਾਂ ਦਾ ਐਉਂ ਜ਼ਿਕਰ ਕੀਤਾ ਹੈ ਜੇ ਜੁਗਿਆਨ ਕੇ ਜਾਏ ਕਹੈ ਸਭ ਜੋਗਨ ਕੋ ਗ੍ਰਹਿਮਾਲ ਉਠੈਂਦੇ ਜੋ ਪਰੋ ਭਾਜ ਸੰਿਆਸਨ ਕੇ ਕਹੈ ਦਿੱਤ ਕੇ ਨਾਮ ਪਹਿਤਾਮ ਲੁਟੈਂਦੇ ਚਾਹੋ ਜੋਗੀ ਸੰਿਆਸੀਆਂ ਦਾ ਕੋਈ ਪ੍ਰਸੰਗ ਪੂਰੀ ਤਰ੍ਹਾਂ ਕਲਮਬੰਦ ਨਹੀਂ ਅਜੇ ਲੱਜਾ ਪਰ ਸੰਿਆਸੀਆਂ ਦੀਆਂ ਚਿੱਪੀਆਂ ਤੋਂ ਲੱਖ ਵਿੱਚੋਂ ਮੋਹਰਾਂ ਕੱਢਣੀਆਂ ਤੇ ਹੋਰ ਜੋਗੀਆਂ ਨਾਲ ਵਿਚਾਰਾਂ ਤੇ ਉੱਪਰਲੇ ਸ੍ਰੀ ਮੁਖਵਾਗ ਦੱਸਦੇ ਹਨ ਕਿ ਜ਼ਰੂਰ ਉਹਨਾਂ ਦੇ ਆਦਰਸ਼ ਤੋਂ ਨੀਵੇਂ ਹੋਣ ਦੀ ਪ੍ਰੀਖਿਆ ਕਰਕੇ ਸਬੂਤ ਲਈਤੇ ਸਨ ਇਸ ਤਰ੍ਹਾਂ ਪਰਖ ਪਰਖ ਕੇ ਉਚਾਰੇ ਵਾਕ ਵੀ ਹਨ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਉਨ ਪਉਣ ਆਹਾਰ ਜਤੀ ਜਤ ਧਾਰ ਸਬੇ ਸੁ ਵਿਚਾਰ ਹਜ਼ਾਰ ਕੇ ਦੇਖੇ ਦਸ ਸਮਈ ਸਰਾਵਕ ਤੋਂ ਭਾਵੇ ਸਰੇਵੜੇ ਸ਼ੁੱਧ ਤੂੰ ਪਾਉ ਵੈਸ਼ਨਵ ਜੋਗ ਤੋਂ ਪਾਉ ਜੋਗੀ ਜਤੀ ਤੋਂ ਪਾਉ ਜਤ ਵਾਲੇ ਜਾਂ ਸੰਿਆਸੀ ਪੌਣ ਆਹਾਰ ਤੋਂ ਪਾਉ ਪ੍ਰਾਣਾਯਾਮੀ ਸੁ ਵਿਚਾਰ ਤੋਂ ਪਾਉ ਪੰਡਤ ਹਜ਼ਾਰ ਕੇ ਦੇਖੇ ਯਾਨੀ 1000 ਦੇ ਲਗਭਗ ਮੈਂ ਪਰਤਾਏ ਹਨ ਚੌਥਾ ਪਰਤਾਵਾ ਰਾਜਿਆਂ ਦਾ ਜਦੋਂ ਧਰਮ ਦੇ ਆਗੂ ਪਰਤਾਏ ਗਏ ਕਸੇ ਨਿਕਲੇ ਤੇ ਜੋ ਇਹਨਾਂ ਵਿੱਚੋਂ ਅਸੂਲੀ ਬੰਦੇ ਨਿਕਲੇ ਉਹ ਸਾਹਸਹੀਨ ਸਨ ਤਦ ਆਪਨੇ ਸਾਹਸ ਵਾਲਿਆਂ ਦਾ ਪਰਤਾਵਾ ਲੈਣਾ ਸੀ ਇਸ ਲਈ ਰਾਜੇ ਰਾਣੇ ਪਰਖਣੇ ਸੀ ਅਸਲ ਵਿੱਚ ਰਾਜੇ ਰਾਣੀਆਂ ਦੀ ਪਰਖ ਤਾਂ ਸਭ ਤੋਂ ਵਧੇਕ ਹੋ ਚੁੱਕੀ ਸੀ ਆਪੋ ਵਿੱਚੇ 파ਟੋ ਧਾਨ ਹੈ ਸੰ ਦੇਸ਼ ਕੇ ਪਰਜਾ ਧਰਮ ਕੇ ਸਚ ਲਈ ਇਹਨਾਂ ਵਿੱਚ ਕੁਰਬਾਨੀ ਹੈ ਨਹੀਂ ਸੀ ਇਹ ਕਈ ਵੇਰ ਗੁਰੂ ਜੀ ਨਾਲ ਜੁਦ ਕਰਕੇ ਉਹਨਾਂ ਨੂੰ ਪਰਾਜੇ ਕਰਨ ਦੇ ਹੀਲੇ ਕਰ ਚੁੱਕੇ ਸੀ ਪਰ ਜਦ ਤੋਂ ਸ਼ਾਜ਼ਾਦਾ ਮੁਅਜ਼ਮ ਪੰਜਾਬ ਵਿੱਚ ਆਇਆ ਤੇ ਗੁਰੂ ਜੀ ਨਾਲ ਸਜਨਾਈ ਦਾ ਵਰਤਾਲਾ ਕਰ ਲਿਆ ਸੀ ਤਦ ਤੋਂ ਪਹਾੜੀ ਰਾਜੇ ਸੁਲਹ ਸਾਲਸੀ ਨਾਲ ਵਰਦੇ ਸੇ ਇਹਨਾਂ ਦਿਨਾਂ ਵਿੱਚ ਕਿਸੇ ਮੇਲ-ਵਿਲੇ ਸ੍ਰੀ ਗੁਰੂ ਜੀ ਨੇ ਉਹਨਾਂ ਨੂੰ ਪ੍ਰੇਰਣਾ ਕੀਤੀ ਤੇ ਵਿਚਾਰ ਆਰੰਭੀ ਤੇ ਉਹਨਾਂ ਨੂੰ ਸਮਝਾਇਆ ਕਿ ਸਾਨੂੰ ਹਿੰਦਵਾਸੀਆਂ ਨੂੰ ਜਾਤ ਪੇਦ ਤੇ ਜਾਤ ਪੇਦ ਤੋਂ ਉੱਭਜੀ ਨਫ਼ਰਤ ਨੇ ਵਿਕੋਲਿਤਰੇ ਕਰ ਦਿੱਤਾ ਹੈ ਤੇ ਅਸੀਂ ਦਬੇਲ ਅਵਸਥਾ ਤੇ ਪ੍ਰਾਧਿਨਤਾ ਵਿੱਚ ਦੁਖੜੇ ਪਰ ਰਹੇ ਹਾਂ ਮੈਂ ਹੁਣ ਚਾਹੁੰਦਾ ਹਾਂ ਕਿ ਇਹ ਭੇਦ ਮਿਟਾ ਦਿੱਤਾ ਜਾਵੇ ਇੱਕ ਐਸੀ ਰੀਤ ਜਾਰੀ ਕਰਾਂ ਜੋ ਇਸ ਦੁਆਰਾ ਜਨਮੇ ਸੋ ਜਾਤ ਭੇਤੋਂ ਛੁੱਟ ਕੇ ਇੱਕ ਖੇਤਰੀ ਧਰਮ ਵਿੱਚ ਆ ਜਾਵੇ ਤਦ ਆਪਣੇ ਦੇਸ਼ ਦਾ ਭਾਰ ਹਰਿਆ ਜਾ ਸਕੇਗਾ ਚਾਹੀਦਾ ਹੈ ਕਿ ਪਰਸਪਰ ਪਿਆਰ ਵਧੇ ਸਾਰੇ ਭਰਾ ਭਰਾ ਬਣ ਜਾਣ ਤੇ ਇੱਕ ਦੂਹਾਂ ਤੋਂ ਜਾਣਾਂਵਾਰ ਪੂਜ ਲਈ ਸ਼ਰਣ ਇੱਕ ਮਹਾਕਾਲ ਅਕਾਲ ਦੀ ਲਈ ਜਾਵੇ ਜੋ ਸਬਦਾ ਪੂਜਿਆ ਹੈ ਫਿਰ ਧਰਮ ਤੇ ਆਚਰਣ ਦੀ ਉਚਤਾ ਮਰਦ ਦੀ ਪਰਖ ਠਹਿرائی ਜਾਵੇ ਐਸੇ ਬੰਦੇ ਕੁਰਬਾਨੀ ਕਰ ਸਕਣਗੇ ਤੁਸੀਂ ਇਸ ਦੇਸ਼ ਉਧਾਰ ਦੇ ਕੰਮ ਵਿੱਚ ਨਾਲ ਰਲੋ ਚਾਹੋ ਅਗਵਾਨੀ ਲੈ ਲਵੋ ਪਰ ਰਾਜਿਆਂ ਨੇ ਤੁਰਕ ਬਲ ਨੂੰ ਅਜਿਤ ਜਾਤਾ ਗੁਰੂ ਕੀ ਤਜਵੀਜ਼ ਨੂੰ ਅਵਰਤੋ ਵਾਲੀ ਸਮਝਿਆ ਤੇ ਸਾਥ ਦੇਣੋ ਕਿ ਰਲਣੋ ਨਾ ਕਰ ਦਿੱਤੀ ਹਾਂਜੀ ਪਰ ਰਾਜਿਆਂ ਨੇ ਤੁਰਕ ਬਲ ਨੂੰ ਅਜਿੱਤ ਜਾਤਾ ਗੁਰੂ ਕੀ ਤਜਵੀਜ਼ ਨੂੰ ਅਵਰ ਤੋਂ ਵਾਲੀ ਸਮਝਿਆ ਤੇ ਸਾਥ ਦੇਣੋ ਕੇ ਰਲਣੋ ਨਾ ਕਰ ਦਿੱਤੀ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ